बड़ा ही हैरानीजनक मामला विधानसभा हलका कोटकपुरा दे पिंड वांदर जटाना दा 70-75 पंचायती पही दे सफेदियां दा सामने आया है कि एक धर्म सिंह नामी व्यक्ति ने ये सफेदे पुट लए हन, जदों के सरपंच गुरप्रीत सिंह ने पंचायती मता समेत मिनती गिनती पटवारी कानगो दे डाकूमेंट्स पुलिस सदर कोटकपुरा BDPO कोटकपुरा तहसीलदार कोटकपुरा मानयोग DC साहब फरीदकोट जी नूं लिखती तौर ते मिल के सारा मामला दिता, पर फिर भी सफेदे धर्म सिंह वगैरह पुटदे रहे। चलदी कार्रवाई दे विच भी ये काम हुंदा रहा। धर्म सिंह ने सफेदे पुट के वेच भी दिते जिस नूं उसने खुद मन्या, पर हुण तक कोई कार्रवाई BDPO साहब जां पुलिस वालों नहीं की गई। सिर्फ दफ्तर दोनों तिरां नूं सद के बयान ही लए जा रहे हन ते मामला ठंडे बस्ते विच पाउण दीआं कोशिशां लगातार जारी हन। BDPO साहब अपनी सच्ची रिपोर्ट ही नहीं कर पा रहे, लगता है कि कोई प्रेशर इन्हां ते हैवी है, जिन्हां विचों पंचायत दा कहना है कि राजनीतिक ताकत सच नूं प्रतख नहीं होण दे रही, जिस दीआं CCP न्यूज़ ने दोनों धिरां दा पक्ष जाण के दिखाया है तां कि सच प्रशासन ते लोकां नूं पता चल सके। आओ देखते हाँ CCP न्यूज़ चीफ SS कपूर दी ए विशेष रिपोर्ट। ते फिर पट के कौन लै गया? धर्म सिंह जी। धर्म सिंह लै गया? हाँ जी। पूरे सबूत है तुहाडे कोले? हाँ जी हाँ जी। मिती गिनती होई होई है? हाँ जी हाँ जी। 75 ਸਪੀਕਰ ਸੀ ਤੇ ਹਾਜ਼ਰੀਨ ਦੇ ਵਿੱਚ ਧਰਮ ਸਿੰਘ ਹੈਗੇ ਸੀ ਆਪ ਤੇ ਮਿਤੀ ਗਿਣਤੀ ਹੋਈ ਆ? ਹਾਂ ਜੀ ਹਾਂ ਜੀ। ਹਾਜ਼ਰ ਸੈਨ ਹੋਏ ਹੋਏ? ਹਾਂ ਜੀ ਉਹ ਸੈਨ ਹੋਏ ਹੋਏ ਆ। ਕਾਨਗੋ ਸਾਹਿਬ ਦੇ ਹੋਏ ਹੋਏ ਆ। ਮਾਲ ਮਹਿਕਮੇ ਨੇ ਬਾਅਦ ਚ ਮੌਕਾ ਵੇਖ ਕੇ ਲਿਖਤਾ ਸੀ ਜੀ। ਇਨਸਾਫ ਮਿਲਣ ਦਾ ਹੈਗਾ ਚਾਂਸ? ਇਨਸਾਫ PDO ਸਾਹਿਬ ਪੂਰਾ ਲਾ ਰਹੇ, ਵਿਸ਼ਵਾਸ ਪਈ ਇਨਸਾਫ ਸੱਚ ਕਰਨ ਦੇ ਵਿੱਚ ਵੀ ਝਾੜੂ ਦੀ ਸਰਕਾਰ ਜੀ ਜੀ ਝਾੜੂ ਦੀ ਸਰਕਾਰ ਦਾ ਜਿਹੜਾ ਬਦਲਾਅ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਬੜੀਆਂ ਅੱਡੀਆਂ ਚੁੱਕ ਚੁੱਕ ਕੇ ਅਸੀਂ ਕਹਿੰਦੇ ਸੀ ਬਦਲਾਅ ਆ ਗਿਆ ਬਦਲਾਅ ਆ ਗਿਆ, ਪਰ ਜੇ ਜਿਸ ਤਰ੍ਹਾਂ ਦੇ ਧੱਕੇ ਪਿੰਡਾਂ ਦੇ ਵਿੱਚ ਹੁੰਦੇ ਆ ਜੀ, ਜਿਸ ਤਰ੍ਹਾਂ ਦੇ ਵਿੱਚ ਲਾਰੇ ਲੱਪੇ ਲਾਏ ਜਾਂਦੇ ਆ, ਤੁਸੀਂ ਦੇਖਿਆ ਹੈ ਮੀਡੀਆ ਦੇ ਵਿੱਚ ਜੀ ਸਰ। ਹਲਕਾ ਇੰਚਾਰਜ ਕੁਲਤਾਰ ਸਿੰਘ ਸੰਧਵਾ ਬੇਅਦਬੀ ਦੇ ਮੁੱਦੇ ਤੇ ਕਿੰਨੇ ਕੁ ਗੰਭੀਰ ਆਊਗੀ ਤੁਸੀਂ ਵੇਖ ਲਿਆ? ਅਸੈਸਮੈਂਟ ਕਹਿੰਦੇ ਅਸੈਸਮੈਂਟ ਕਰ ਲਓ ਸਫੈਦਿਆਂ ਦੀ। ਮੈਂ ਕਿਹਾ ਕੋਈ ਬ੍ਰਹਮ ਕਿਹਨੇ ਆਊਗਾ, ਪ੍ਰਗਟ ਕਰੂਗਾ ਵੀ ਦਰਖਤ ਕਿਹੜਾ ਸੀ ਕਿੱਥੇ ਗਿਆ? ਟੁੱਟਣਾ ਕੌਣ ਮਿਹਨਤੀ? ਇਹ ਦਰਖਤ ਜਿਹੜੇ ਕਹਿੰਦੇ ਨੇ ਲੈ ਗਏ ਉਹਦਾ ਮੁੱਲ ਪਾ ਲਓ ਵੀ ਕਿੰਨਾ, ਇਹ ਵੀ ਗੱਲ ਚੋਰੀ ਪੱਟੇ 10 ਰੁਪਏ ਪੱਟੇ ਆ। ਉਹ ਪਏ ਆ ਕਿ ਕਿਤੇ ਵੇਚਤੇ? ਉਹ ਵੇਚਤੇ ਵੇਚਤੇ ਤੁਸੀਂ ਕਿੰਨੇ ਕੁ ਦੇ ਵੇਚੇ ਜੀ? ਸਾਰੇ ਵੇਚੇ 1.25 ਲੱਖ ਦੇ ਵਿਕੇ ਤੇ ਉਹ ਜੇ ਕੋਈ ਲੈਂਦਾ ਨਹੀਂ ਤਾਂ ਜਨਾ ਪੱਟਣ ਨਹੀਂ ਆਇਆ ਕੋਈ ਦਵਾ ਜਾਵਾ ਕੀਤੇ ਆ। ਤੁਸੀਂ ਕਹਿੰਦੇ ਸੀ ਵੀ ਕਿਸਾਨ ਯੂਨੀਅਨ ਬਈ 25 ਬੰਦੇ ਆਏ ਸੀ ਤੇ ਉਹ ਕਹਿੰਦੇ ਵੀ ਤੂੰ ਰਾਈਟ ਹੈ ਉਹ ਪੱਟ ਰਹਾ ਸਾਰੇ ਸਫੈਦੇ। ਅਸੀਂ ਵੱਟ ਪਾਈ ਦੀ 50 ਦਿਨ, ਮੈਂ ਸਾਰਿਆਂ ਨੂੰ ਦਿਖਾਈ ਹੈ, ਉਹਦੇ ਤੇਰੇ ਵਾਹਨ ਚ ਪੱਟ ਲਾ। ਅੱਛਾ ਵਾਹਿਗੁਰੂ ਜੀ। ਅਸੀਂ ਅੱਜ BDPO ਸਾਹਿਬ ਦੇ ਸਾਹਮਣੇ ਹਾਂ, ਸ਼੍ਰੀ ਅਭਨਵ ਜੀ। ਹਾਂਜੀ ਅਭਨਵ ਜੀ ਦੇ ਕੋਲੇ ਪੰਚਾਇਤ ਵਾਂਦਰ ਜਟਾਣੇ ਦੀ ਤੇ ਸਾਡੇ ਸੂਬਾ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਪਧਾਰੇ ਹੋਏ ਆ, ਨਾਲ ਪੰਚਾਇਤ ਹਾਜ਼ਰ ਹੈ। ਇੱਕ ਮਾਮਲਾ ਚੱਲ ਰਿਹਾ ਧਰਮ ਸਿੰਘ ਦਾ ਕਿ ਉਹਨੇ 70-75 ਸਫੈਦੇ ਪੁੱਟ ਲਏ ਆ, ਪ੍ਰੋਸੈਸ 'ਚ ਕਾਰਵਾਈ ਸੀ ਸਰ, ਤੁਹਾਨੂੰ ਮੈਂ ਜੈਤੋਂ ਵੀ ਮਿਲ ਕੇ ਗਿਆ ਸਰ, ਮੈਂ 2 ਖਬਰਾਂ ਚਲਾਈਆਂ ਨੇ, ਕੀ ਕਾਰਵਾਈ ਕਰ ਰਹੇ ਇਸ ਕੇਸ 'ਤੇ ਸਰ? ਅੱਜ ਮੈਂ ਪੜਤਾਲ ਰੱਖੀ ਜੀ ਜਿਹੜਾ ਪੰਚਾਇਤ ਸੀ ਉਹਨੂੰ ਬੁਲਾਇਆ ਗਿਆ ਸੀਗਾ ਜੀ, ਤੇ ਪੰਚਾਇਤ ਨੇ ਜਿਸ ਵਿਰੁੱਧ ਲਿਖ ਕੇ ਦਿੱਤਾ ਸੀਗਾ ਉਹਨੂੰ ਵੀ ਬੁਲਾਇਆ ਗਿਆ ਸੀ, ਦੋਨਾਂ ਨੂੰ ਆਹਮਣੇ ਸਾਹਮਣੇ ਉਠਾ ਕੇ ਮੈਂ ਦੋਨਾਂ ਦੇ ਬਿਆਨ ਦਰਜ ਕੀਤੇ ਆ ਜੀ। ਜੀ ਸਰ। ਠੀਕ ਹੈ, ਜੋ ਵੀ ਬਿਆਨ ਇਹਨਾਂ ਦੇ ਆਉਣਗੇ ਉਸ ਵਿਰੁੱਧ ਜੋ ਵੀ ਪੜਤਾਲ ਹੋਊਗੀ, ਜੇਕਰ ਪੰਚਾਇਤੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਤਾਂ ਉਹ ਸ਼ਿਕਾਇਤਕਰਤਾ ਉਦੋਂ ਜ਼ਰੂਰ ਕਾਰਵਾਈ ਲਈ ਲਿਖ ਦਿੱਤਾ ਜਾਵੇ। ਨੁਕਸਾਨ ਹੋਇਆ ਤੁਸੀਂ ਹੋਇਆ ਕਿਵੇਂ ਮੰਨਦੇ ਹੋ? ਤਹਿਸੀਲਦਾਰ ਸਾਹਿਬ ਦੀ ਰਿਪੋਰਟ ਹੈ, ਪਟਵਾਰੀ ਕਾਨਗੋ ਨੇ ਰਿਪੋਰਟ ਕੀਤੀ ਹੈ, ਹਾਜ਼ਰੀਨ ਹਾਜ਼ਰ ਹੈ, ਧਰਮ ਸਿੰਘ ਪੁੱਟਣ ਵਾਲਾ ਸਫੈਦੇ ਉਹਦੇ ਵੀ ਵਿੱਚ ਸਿਗਨੇਚਰ ਹੈ, ਫਿਰ ਵੀ ਉਹ ਐਪਲੀਕੇਸ਼ਨ ਤੁਹਾਡੇ ਕੋਲ ਆਉਂਦੀ ਹੈ, ਬੰਦਾ ਪੁੱਟੀ ਗਿੱਟੀ ਫਿਰ ਜਾਂਦਾ, ਸਫੈਦੇ ਪੁੱਟੀ ਜਾਂਦਾ ਸਰ, ਇਹਨੂੰ ਕੀ ਮਿੰਟ ਤੁਹਾਡੇ 'ਤੇ ਕੋਈ ਪ੍ਰੈਸ਼ਰ ਤਾਂ ਨਹੀਂ ਸਰ? ਨਹੀਂ, ਮੇਰੇ 'ਤੇ ਕੋਈ ਪ੍ਰੈਸ਼ਰ ਨਹੀਂ ਜੀ, ਮੈਂ ਆਪਦੀ ਪੜਤਾਲ ਜ਼ਰੂਰ ਕਰਨੀ ਹੈ, ਜੇਕਰ ਮੇਰੇ ਕੋਲ ਕੋਈ ਪੰਚਾਇਤ ਦਾ ਫਿਰ ਵੀ ਐਂ ਲਿਖ ਕੇ ਆ ਜੇ, ਜੇ ਮੈਂ ਕਿਸੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਮੇਰਾ ਹੱਕ ਬਣਦਾ ਜੀ, ਮੈਂ ਆਪਦੀ ਪੜਤਾਲ ਜ਼ਰੂਰ ਕਰਾਂ। ਕਿੰਨਾ ਕੁ ਸਮਾਂ ਸਰ ਹਜੇ ਲੱਗ ਜੂਗਾ ਇਸ ਮਾਮਲੇ ਨੂੰ? ਬਸ ਜੀ ਅੱਜ ਜੋ ਵੀ ਬਿਆਨ ਦੇਣਗੇ ਤੇ ਜੇ ਕੋਈ ਬਿਆਨਾਂ 'ਚ ਕੁਛ ਵੀ ਦੁਆਰਾ ਕਰਾਉਣ ਦੀ ਜ਼ਰੂਰਤ ਪਈ ਤਾਂ ਕਰਾ ਲਾਂਗੇ, ਉਹ ਟਾਈਮ ਉਸ ਦੇ ਆਧਾਰ ਰੱਖੇਗਾ, ਬਟ ਕਾਰਵਾਈ ਜ਼ਰੂਰ ਹੋਏਗੀ। ਮੈਂ ਤੁਹਾਨੂੰ ਇੱਕ CCP ਨਿਊਜ਼ ਚੀਫ ਹੁੰਦਾ ਇੱਕ ਸੁਜੈਸ਼ਨ ਹੈ ਸਰ ਮੇਰਾ ਜੀ, ਤੇ ਇੱਕ ਐਪਲੀਕੇਸ਼ਨ ਮਹੀਨਾ ਡੇਢ ਨਾ ਲਟਕਿਆ ਕਰੇ, ਤੁਰਤ ਪਹਿਲ ਸਰ ਘੁਮਾ ਦਿਆ ਕਰੋ ਸਰ, ਮਹੀਨਾ ਡੇਢ ਮਹੀਨਾ ਨਹੀਂ ਰੱਖਿਆ ਜੀ। ਵਾਹਿਗੁਰੂ 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 ਜੀ। ਅੱਜ ਵਾਂਦਰ ਜਟਾਣ ਦੀ ਪੰਚਾਇਤ BDPO ਦਫ਼ਤਰ ਦੇ ਵਿੱਚ ਆਈ ਹੋਈ ਆ, ਸਰਪੰਚ ਸਾਹਿਬ ਬਿਆਨ ਦੇ ਰਹੇ ਆ, ਸੂਬਾ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਵੀ ਹਾਜ਼ਰ ਹੈ, ਮੈਂਬਰ ਪੰਚਾਇਤ ਨੇ, ਇਹਦੀ ਮਾਤਾ ਜੀ ਮੈਂਬਰ ਨੇ,
इनकी वाइफ मैंबर ने अगे मैंबर आप की नाम भाई साहब थोड़ा जगसीर सिंह जी तुम आप ही मैंबर हो जी हाँ ये मामला थोड़ी रोशनी पाओ सरपंच साहब आ जाओ सरपंच साहब आओ इतने आ जाओ इतने हाँ इतने आ जाओ सरपंच साहब की मामला है एक्चुअली कद वास्ते इकट्ठे हो रहे हो कारवाई फिर पट के कौन लै गया धर्म सिंह लै गया पूरे सबूत है हाजरी धर्म सिंह है आप मिट्टी गिनती हुई है ਕਾਨਗੋ ਸਾਹਿਬ ਦੇ ਹੋਏ ਵੇ ਆ ਮਾਲ ਮਹਿਕਮੇ ਨੇ ਬਾਅਦ ਚ ਵੀ ਮੌਕਾ ਵੇਖ ਕੇ ਲਿਖਤਾ ਸੀਗਾ ਜੀ ਇਨਸਾਫ਼ ਮਿਲਣ ਦਾ ਹੈਗਾ ਚਾਂਸ ਇਨਸਾਫ਼ ਪੀਡੀਓ ਸਾਹਿਬ ਦਾ ਲਾ ਰਹੇ ਵਿਸ਼ਵਾਸ ਪਈ ਇਨਸਾਫ਼ ਸੱਚ ਕਰਨਗੇ ਵਧੀਆ ਆਫੀਸਰ ਨੇ ਮੈਂ ਵੀ ਬੇਨਤੀ ਕੀਤੀ ਸੱਚ ਪ੍ਰਗਟ ਕੋ ਵੇਖੋ ਅਸੀਂ ਮੀਡੀਆ ਜਰਨਲਿਸਟ ਸਾਡਾ ਕਰਮ ਧਰਮ ਹੈ ਸੱਚ ਪ੍ਰਗਟ ਕਰਨਾ ਕਿਹੜੇ ਕਿਹੜੇ ਸਾਥੀ ਆਏ ਨੇ ਨਾਲ ਹੋਗੇ ਹੈਗੇ ਆ ਜੀ ਹਰਜਿੰਦਰ ਸਿੰਘ ਜੀ दो लख केस करना केस का दो लख रुपये जो ना तुसी की कहंदे हो की कारवाई है ये पंचायत नूं बार बार आना पै रहा असीं ते ही कहंदे जी ये ना लोकतंत्र दा घाण कीता वे इन्हां ने पंचायत ने पहला भी 25 तो लेके 2 तरीक तक आपदी प्रॉपर कारवाई कीती असीं हां वो कारवाई असीं जिहड़ी सारी कारवाई सी माल महकमे दे रिकॉर्ड मुताबिक हां विचे शपैदे आए आ उन्हां ने लिखिया सीगा जी नहीं असीं तां कोले मौजूद सीगे उन्हां ने लिखिया सीगा सरकारी अफसरां दी लिखत हो गई होई आ उस तों बाद असीं थाने दे भी गए पुलिस ने कोई कारवाई नहीं की किन्ने दिन लग गए सफेदे पुटदे रहे 25 ਤੋਂ ਲੈ ਕੇ ਜੀ 2 ਤਰੀਕ 26 ਨੂੰ ਦੋ ਪੱਟੇ ਆ ਉਸ ਤੋਂ ਬਾਅਦ 31 ਤੇ 1 ਤਰੀਕ ਨੂੰ ਪੱਟੇ ਆ 1 ਤਰੀਕ ਤੱਕ ਅਸੀਂ ਬੀਡੀਪੀਓ ਸਾਹਿਬ ਕੋਲੇ ਵੀ ਗਏ ਸੀ ਜੈਤੋ ਹਾਂ ਤਾਂ ਉੱਥੇ ਵੀ ਅਸੀਂ ਕਹਿ ਕੇ ਇਸ ਵੀ ਸਪੈਦੇ ਪੱਟ ਰਹੇ ਆ ਕਾਰਵਾਈ ਕਰੋ ਕੋਈ ਹਾਂ ਹਾਂ ਪਰ ਉਹਨਾਂ ਨੇ ਵੀ ਦੇਰੀ ਕੀਤੀ ਹੈ ਇਸ ਕੰਮ 'ਚ ਤੇ ਬਾਕੀ ਹੁਣ ਜਿਹੜੇ ਆਪਣੇ ਮੰਤਰੀ ਸਾਹਿਬ ਆ ਕੁਲਦੀਪ ਸਿੰਘ ਧਾਲੀਵਾਲ ਉਹ ਤਾਂ ਕਹਿੰਦੇ ਆ ਵੀ ਜਿਹੜੀ ਇਹ ਜਗ੍ਹਾ ਹੈ ਜਿਹੜੀ ਆ ਕਬਜ਼ੇ ਆ ਉਹ ਛਡਵਾਓ ਦੱਸੋ ਕਿਵੇਂ ਛਡਵਾਈ ਅਸੀਂ ਛਡਵਾ ਰਹੇ ਆ ਤੇ ਸਾਡੇ ਤੇ ਉਲਟੋ ਸਾਨੂੰ ਖੱਜਲ ਖਵਾਰ ਕੀਤਾ ਜਾਂਦਾ ਪੰਚਾਇਤ ਖੱਜਲ ਖਰਾਬ ਹੋਣ ਵਾਸਤੇ ਹੁੰਦੀ ਆ ਨਹੀਂ ਸੁਣਿਆ ਤੁਸੀਂ ਅਸਤੀਫੇ ਦੀ ਕਾਦੀ ਗੱਲ ਕਰਦੇ ਹੋ ਅਸਤੀਫੇ ਦੀ ਅਸੀਂ ਇਹ ਗੱਲ ਕਰ ਰਹੇ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੀ ਪੰਚਾਇਤ ਹੈ ਦੇਖੋ ਜੀ ਜੇ ਮੁੱਢਲੀ ਇਕਾਈ ਆ ਜਿਹੜੀ ਪੰਚਾਇਤ ਜੇ ਉਹਦੇ ਤੇ ਧੱਕਾ ਹੋ ਰਿਹਾ ਸਾਡਾ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ लोकतंत्र दा घाण है डायरेक्ट प्रधान जी आप जी केड़ी जथेबंदी प्लीज अपना दस के सर वाहेगुरु जी का खालसा वाहेगुरु जी की फतेह मैं हरजिंदर सिंह सूबा प्रधान बीकेयू फतेह जी कुछ दिन हो गए मसला गवंदर चटाने का मीडिया राही सोशल मीडिया राही वेख्या तो उहदे च नां साडी जथेबंदी दा आई जांदा सी जी सर जी तां मैं सोचिया इहदी पूरी पड़ताल कीती जावे कारण की है हां जी हां जी ते मैं हैरान है इस गल तों कि असीं तुसीं वेख्या होणा छोटे हुंदे जे नहर तो एक दातन तोड़ लिए ना तो साड़ा चलान किया जाता 100 रुपया 50 रुपये जां इस तरह जी सर ते 70-75 छपैदे सरकारी पट्टे गए हाँ। मैं बीडीओ साहब नूं फोन ते भी गल कीती जी पुलिस नाल गल कीती उह कहिंदे जे अजे पड़ताल करदे आ और मौके ते पंचायत दी ने लिखती तौर ते दित्ता जी माल महकमे दा रिकॉर्ड दिता हाँ। भी ये सरकारी जगह चो छपैदे पट्टे जा रहे हैं पर कोई कारवाई नहीं हुई हाँ। मैनू लगता है भी ये बदलाव लोगों नू सैट नहीं होना गा तुसी वेख लिया एक साल दे विच भी बदलाव छपैदे पट्टन नाल बदलाव कोई होर है हाँ बदलाव कई तरह नाल आपदे रंग विखाई जांदा है वो सब नू अजे मेरा ख्याल एक साल होया है एक साल दे विच बहुत कुछ विखाता बदलाव दा नाम ही लै दो प्रधान जी मैं तां छपैदे वाला बदलाव समझी जांदा जे इसे तरह ही
ਧੱਕਾ ਚੱਲਦਾ ਬਦਲਾਅ ਦਾ ਸਿੱਧਾ ਸਾਫ ਸ਼ਬਦਾਂ ਦੇ ਵਿੱਚ ਵੀ ਝਾੜੂ ਦੀ ਸਰਕਾਰ ਜੀ ਜੀ ਝਾੜੂ ਦੀ ਸਰਕਾਰ ਦਾ ਜਿਹੜਾ ਬਦਲਾਅ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਬੜੀਆਂ ਅੱਡੀਆਂ ਚੁੱਕ ਚੁੱਕ ਕੇ ਅਸੀਂ ਕਹਿੰਦੇ ਸੀ ਬਦਲਾਅ ਆ ਗਿਆ ਬਦਲਾਅ ਆ ਗਿਆ ਪਰ ਜੇ ਜਿਸ ਤਰ੍ਹਾਂ ਦੇ ਧੱਕੇ ਪਿੰਡਾਂ ਦੇ ਵਿੱਚ ਹੁੰਦੇ ਆ ਜੀ ਜਿਸ ਤਰ੍ਹਾਂ ਦੇ ਵਿੱਚ ਲਾਰੇ ਲੱਪੇ ਲਾਏ ਜਾਂਦੇ ਆ ਤੁਸੀਂ ਦੇਖਿਆ ਮੀਡੀਆ ਦੇ ਵਿੱਚ ਜੀ ਸਰ ਹਲਕਾ ਇੰਚਾਰਜ ਕੁਲਤਾਰ ਸਿੰਘ ਸੰਧਵਾਂ ਬੇਅਦਬੀ ਦੇ ਮੁੱਦੇ ਤੇ ਕਿੰਨੇ ਕੁ ਗੰਭੀਰ ਆਊਗੀ ਤੁਸੀਂ ਵੇਖ ਲਿਆ ਬਿਲਕੁਲ ਜਿਹੜਾ ਲੋਕਾਂ ਦਾ ਇੱਕ ਸਾਂਝਾ ਮੁੱਦਾ ਹੈ ਇਹਦੇ ਤੇ ਤਾਂ ਕੋਈ ਕੰਟਰੋਵਰਸੀ ਨਹੀਂ ਹੈਗੀ ਹਾਂ ਬਿਲਕੁਲ ਸਰ ਬਿਲਕੁਲ ਕੋਈ ਵਿਰੋਧ ਤਾਂ ਨਹੀਂ ਹੈਗੀ ਬਿਲਕੁਲ ਬਿਲਕੁਲ ਤਾਂ ਆਹ ਜਿਹੜੀਆਂ 70-75 ਸ਼ਪੈਦੇ ਪੱਟੇ ਗਏ ਮੈਂ ਨਹੀਂ ਕਹਿੰਦਾ ਵੀ ਕਿਸੇ ਤੇ ਪਰਚਾ ਕੀਤਾ ਜਾਵੇ ਮੈਂ ਨਹੀਂ ਕਹਿੰਦਾ ਪਰ ਜੇ ਗਲਤ ਹੈ ਤੇ ਪਰਚਾ ਨਹੀਂ ਹੁੰਦਾ ਤਾਂ ਇਹਦੇ 'ਚ ਦੋਸ਼ੀ ਕੌਣ ਹੋਊਗਾ ਬਿਲਕੁਲ ਅਸੀਂ ਭਾਰਤੀ ਕਿਸਾਨ ਯੂਨੀਅਨ ਫਤਿਹ ਵੱਲੋਂ ਇਹ ਐਲਾਨ ਕਰਦੇ ਹਾਂ ਪੰਚਾਇਤ ਦੇ ਅਸੀਂ ਹੱਕ 'ਚ ਐਂ ਕਹਿ ਲਈਏ ਵੀ ਕਿਸੇ ਦੇ ਹੁੰਦੇ ਨਹੀਂ ਅਸਲ ਦੇ ਵਿੱਚ ਸਾਡਾ ਟਕਰਾਅ ਪੰਚਾਇਤਾਂ ਨਾਲ ਚੱਲਦਾ ਹੁੰਦਾ ਜੀ ਸਰ ਪਰ ਜਿੱਥੇ ਪੰਚਾਇਤ ਸਹੀ ਹੈ ਉੱਥੇ ਪੰਚਾਇਤ ਦੇ ਨਾਲ ਵੀ ਵਾਹ ਜੀ ਗ੍ਰੇਟ ਮੈਂ ਵੀ ਤੁਹਾਡੇ ਨਾਲ ਹਾਂ ਸੀਸੀਬੀ ਨਿਊਜ਼ ਚੀਫ ਹੁੰਦਾ ਹੋਇਆ ਮੈਂ ਵੀ ਤੁਹਾਡੇ ਨਾਲ ਹਾਂ ਮਾਰੇ ਸਾਡੇ ਦੇ ਨਾਲ ਅਸੀਂ ਦੇਖਦੇ ਕਿ ਪੰਚਾਇਤ ਹੈ ਕਿਹੜੀ ਪਾਰਟੀ ਦੀ ਕਿਉਂਕਿ ਸਾਡੇ ਵਾਸਤੇ ਨਾ ਕਾਂਗਰਸ ਤੇ ਨਾ ਝਾੜੂ ਤੇ ਨਾ ਬੀਜੇਪੀ ਸਭ ਇੱਕੋ ਪੰਚਾਇਤ ਮਤਲਬ ਰੱਬ ਦਾ ਰੂਪ ਹੈ ਸਾਡਾ ਮਤਲਬ ਲੋਕਾਂ ਦੀ ਜਿਹੜੇ ਬੇਸਿਕ ਅਧਿਕਾਰ ਹੈ ਮੁੱਢਲੇ ਅਧਿਕਾਰ ਹੈ ਉਹਨਾਂ ਦੀ ਰਾਖੀ ਕਰਨਾ ਲੋਕਾਂ ਦੀ ਮਦਦ ਕਰਨਾ ਉਹਦੇ ਮਦਦ ਦੇ ਵਿੱਚ ਕੌਣ ਕੌਣ ਹਿੱਸੇਦਾਰ ਅਸੀਂ ਉਹਨਾਂ ਦੇ ਨਾਲ ਹੈ ਸਰ ਮੋਬਾਈਲ ਨੰਬਰ ਦੱਸ ਦਿਓ ਆਪਣਾ ਮੇਰਾ ਮੋਬਾਈਲ ਨੰਬਰ ਹੈ 9872239205 ਵਟਸਐਪ ਨੰਬਰ ਹੀ ਹੈ ਸਰ ਵਟਸਐਪ ਨੰਬਰ ਇਹੀ ਚੱਲਦਾ ਜੀ ਸੋ ਥੈਂਕ ਯੂ ਸਰ ਬਹੁਤ ਮਿਹਰਬਾਨੀ ਹੈ ਜੇ ਦੂਜੀ ਧਿਰ ਧਰਮ ਸਿੰਘ ਗਰੁੱਪ ਵੀ ਬੰਦ ਜਟਾਣੇ ਤੋਂ ਪਹੁੰਚੇ ਹੋਏ ਨਾਲ ਕਿਸਾਨ ਯੂਨੀਅਨ ਦੇ ਮੈਂਬਰ ਸਾਹਿਬਾਨ ਨੇ ਅਤੇ ਆਪਾਂ ਗੱਲਬਾਤ ਕਰਾਂਗੇ ਕਿ ਮਾਮਲਾ ਜਿਹੜਾ ਉਲਝਿਆ ਹੋਇਆ ਅਸਲ ਕਹਾਣੀ ਕੀ ਹੈ ਔਰ ਕੀ ਹੋਣਾ ਚਾਹੀਦਾ ਸਦਾ ਧਰਮ ਸਿੰਘ ਜੀ ਤੁਹਾਡਾ ਧਰਮ ਸਿੰਘ ਨਾਂ ਜੀ ਧਰਮ ਸਿੰਘ ਤੁਹਾਡੇ ਤੇ ਦੋਸ਼ ਲੱਗਦਾ ਵੀ ਸਫੈਦੇ ਤੁਸੀਂ ਪੜ ਰਹੇ 70-75 ਕੀ ਕਹੋਗੇ ਸਫੈਦੇ ਮੈਂ ਆਪਦੀ ਜ਼ਮੀਨ ਚੋਂ ਪੱਟੇ ਆ ਜੀ ਹਾਂਜੀ ਉਸ ਨਾਲ ਮੈਂ ਮਿਹਨਤੀ ਕਰਾਈ ਹੈ ਹਾਂ ਉਹਦੀ ਤਿੰਨ ਸੂਰਤ ਨੇ ਇਹੀ ਕਹਿ ਰਹੇ ਤੁਸੀਂ ਆਪਦੀ ਕਰਾ ਲਓ ਸਾਡੀ ਤਾਂ ਕਰਾਈ ਹੈ ਮਿਹਨਤੀ ਕਰਾਈ ਤੋਂ 50 ਦਿਨ ਬਾਅਦ ਪੱਟੇ ਆ ਮੈਂ ਸਫੈਦੇ ਜਿਹੜੀ ਮਿਹਨਤੀ ਹੋਈ ਹੈ ਮਿਹਨਤੀ ਦੇ ਵਿੱਚ ਹਾਜ਼ਰੀ ਤੁਹਾਡੇ ਸੈਨ ਹੋਏ ਹੋਏ ਆ ਪੰਚਾਇਤੀ ਪਟਵਾਰੀ ਕਾਨਗੋ ਸਾਰੇ ਹਾਜ਼ਰ ਸੀਗੇ ਹਾਜ਼ਰੀ ਤੇ ਹੋਏ ਆ ਤੇ ਫਿਰ ਉਹ ਤੁਹਾਡੀ ਨਿਗਾਹ 'ਚ ਹੋਈ ਹੈ ਮਿਹਨਤੀ ਤੁਸੀਂ ਉਹਨੂੰ ਗਲਤ ਕਿਉਂ ਕਹੀ ਜਾਂਦੇ ਹੋ ਅਸੀਂ ਸਹੀ ਕਹਿੰਦੇ ਹਾਂ ਕੰਪਿਊਟਰ ਦੀ ਸਹੀ ਕਹਿੰਦੇ ਆ ਉਹ ਫੀਤੇ ਵਾਲੀ ਸਹੀ ਕਹਿੰਦੇ ਆ ਹਾਂਜੀ ਮੰਨਗਾ ਦੋਨੇ ਨਹੀਂ ਜਾਂਦੀਆਂ ਕਹਿੰਦੇ ਤੁਹਾਡੀ ਜ਼ਮੀਨ ਹੈ ਜਿਹੜੇ ਪਾਸੋਂ ਮਰਜ਼ੀ ਪੂਰੀ ਕਰ ਲਓ ਪੂਰੀ ਹੁੰਦੀ ਹੈ ਟਾਈਫਰ ਤੁਹਾਡੇ ਵੱਲ ਆਉਂਦੀ ਸੀ ਜ਼ਮੀਨ ਦਾ ਰੌਲਾ ਹੀ ਨਹੀਂ ਹਾਂਜੀ ਹਾਂਜੀ ਪਈਦਾ ਹੈ ਪਈਦਾ ਹੈ ਪਈ ਪੂਰੀ ਕਰ ਦਿਓ ਜ਼ਮੀਨ ਇਕੱਠੇ ਵਧੇ ਪਈਦਾ ਜ਼ਮੀਨ ਦਾ ਕਿਸੇ ਦਾ ਰੌਲਾ ਨਹੀਂ ਤੁਸੀਂ ਉਦੋਂ ਬਿਆਨ ਇੱਕ ਦਿੱਤਾ ਸੀ ਬੜਾ ਸਟਰੋਂਗ ਮੈਂ ਉਹਨੂੰ ਅਪਗ੍ਰੇਡ ਵੀ ਕੀਤਾ ਸੀ ਵੀ ਜੇ ਮੈਂ ਡਿਫਾਲਟਰ ਨਾ ਮੈਂ ਸਫੈਦੇ ਜਿਹੜੇ ਪੱਟੇ ਹਨ ਭਰ ਲਈ ਤਿਆਰ ਮੈਂ ਹੁਣ ਵੀ ਤੁਸੀਂ ਕਾਇਮ ਉਸ ਗੱਲ ਤੇ ਹੁਣ ਵੀ ਮੈਂ ਵੀ ਤਿਆਰ ਜੇ ਕੰਪਿਊਟਰ ਨਾਲ ਮਿਹਨਤੀ ਕਰਾ ਲੈ ਸਾਡੀ ਤਾਂ ਕਰਾਈ ਵੀ ਹੈ ਸਾਡੀ ਤਾਂ ਮੇਰੀ ਜ਼ਮੀਨ ਚ ਆਏ ਵੀ ਹੈ ਇਹ ਕਰਵਾਈ ਹੋਈ ਹੈ ਤੁਹਾਡੇ ਕੋਲ ਕਿੱਥੇ ਜਿਹੜੀ ਕਰਾਈ ਹੈ ਤੁਸੀਂ ਹੈ ਕੋਈ ਕਾਗਜ਼ ਪੱਤਰ ਕਾਗਜ਼ ਪੱਤਰ ਇਹ ਇਹਨਾਂ ਦੇ ਕੋਲੇ ਸਾਰਾ ਵੀਡੀਓ ਸਾਹਿਬ ਨੂੰ ਸਾਰਿਆਂ ਨੂੰ ਦਿੱਤੇ ਵੀ ਹੈ ਕੋਲੇ ਵੀ ਹੈ ਜਿਹੜੇ ਇਹਨਾਂ ਦੇ ਕੋਲੇ ਪੰਚਾਇਤ ਕੋਲੇ ਤਹਿਸੀਲਦਾਰ ਨੇ ਸਾਰੀ ਮਿਹਨਤੀ ਗਿਣਤੀ ਕੀਤੀ ਉਹੀ ਹੈ ਕਿ ਹੋਰ ਹੈ ਕੋਈ ਹੈਗੀ ਹੈ ਉਹ ਚ ਹਾਜ਼ਰੀ ਦਾ ਸੈਨ ਆ ਸਾਡੇ ਹਾਂਜੀ ਹਾਂਜੀ ਤੇ ਪਿੱਛੇ ਵੈਰੀਫਾਈ ਤਾਂ ਕਿਸੇ ਦਾ ਸੈਨ ਨਹੀਂ ਨਹੀਂ ਵੈਰੀਫਾਈ ਤਾਂ ਸਹਿਣ ਹੀ ਹੋ ਗਏ ਜਦੋਂ ਵੀ ਆਪਾਂ ਸਹਿਣ ਕਿਉਂ ਕਰਦੇ ਹਾਂ ਕੋਈ ਚੀਜ਼ ਨੂੰ ਪ੍ਰੂਵ ਕਰ ਲਿਆ ਵੀ ਓਕੇ ਆ ਜਦੋਂ ਮੈਂ 15,000 ਫੀਸ ਭਰੀ ਆ ਹਾਂ ਹਾਂ ਕੰਪਿਊਟਰ ਨਾਲ ਆ ਗਿਆ ਉਹਦੀ ਵੈਰੀਫਾਈ ਕਿਉਂ ਨਹੀਂ ਹੁੰਦੀ ਉਹਦੀ ਮਿਹਨਤੀ ਦੀ ਤੁਸੀਂ ਮਤਲਬ ਇਹ ਕਹਿੰਦੇ ਵੈਰੀਫਾਈ ਹੋਣੀ ਚਾਹੀਦੀ ਸੀ ਅਗਰ ਵੈਰੀਫਾਈ ਹੁੰਦੀ ਫਿਰ ਦੁਬਾਰਾ ਲੋਡ ਨਹੀਂ ਸੀ ਮਿਹਨਤੀ ਦੀ ਕੰਪਿਊਟਰ ਨਾਲ ਸਹੀ ਹੋਣਾ ਸੀ ਨਾ ਮਿਹਨਤੀ ਹਾਂ 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 ਉਹਨੂੰ ਵੈਰੀਫਾਈ ਕਰਾਈ ਨਹੀਂ ਦੋਨੇ ਨਹੀਂ ਮੰਨੀਆਂ ਜਾਂਦੇ ਨਾ ਉਹ ਉਹਨੂੰ ਮੰਨਦੇ ਸੀ ਉਹਨੂੰ ਮੰਨਦੇ ਆ ਓਕੇ 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 ਤੇ ਵੈਰੀਫਾਈ ਕੰਪਿਊਟਰ ਵਾਲੀ ਹੋ ਗਈ ਪੰਚਾਇਤ ਨੂੰ ਬਾਰ-ਬਾਰ ਲਿਖ ਕੇ ਦੇਈ ਜਾਂਦੀ ਹੈ ਇੱਕ ਤੁਸੀਂ ਕਹਿੰਦੇ ਸੀ ਵੀ ਕਿਸਾਨ ਯੂਨੀਅਨ ਬਈ 25 ਬੰਦੇ ਆਏ ਸੀ ਤੇ ਉਹ ਕਹਿੰਦੇ ਵੀ ਤੂੰ ਰਾਈਟ ਹੈ ਉਹ ਪਟ ਰਾ ਸਾਰੇ ਸਫੈਦੇ ਅਸੀਂ ਵੱਟ ਪਾਈ ਦੀ 50 ਦਿਨ ਮੈਂ ਸਾਰਿਆਂ ਨੂੰ ਦਿਖਾਈ ਹੈ ਉਹਦੇ ਤੇਰੇ ਵਾਹਨ ਚ ਪਟ ਲਾ ਵਾਹਨ ਚ ਉਹਨੇ ਸਾਰੀ ਤੁਸੀਂ ਕਿਸਾਨ ਯੂਨੀਅਨ ਦੇ ਆਪ ਜੀ ਸਾਥੀ ਸਾਰੇ ਉਦੋਂ ਸੀ ਉਦੋਂ ਜਦੋਂ ਕਹਿੰਦੇ ਤੁਸੀਂ ਗਏ ਸੀ ਆਪ ਜੀ ਤੁਸੀਂ ਕਿਹਾ ਸੀ ਕੌਣ ਸਾਥੀ ਸਾਰਿਆਂ ਚ ਗਿਆ ਸੀ ਉਹਨਾਂ ਬੰਦੇ ਦੇ ਹੈ ਕੋਈ ਸਾਥੀ ਇਹਨਾਂ ਚ ਨਹੀਂ ਹੈ ਉਹਨਾਂ ਨੇ ਤੈਨੂੰ ਕਹੇ ਪਟ ਲਾ ਉਹਨਾਂ ਵੱਟ ਵੇਖਿਆ ਸਾਰੇ ਜਿਹਨੂੰ ਵੀ ਵਿਖਾਈ ਉਹਦੇ ਵੀ ਤੇਰੇ ਚਾਹੀਦਾ ਵੱਟ ਦੋ ਵਾਰੀ ਥਾਣੇ ਗਏ ਹਾਂਜੀ ਹਾਂਜੀ ਥਾਣੇ ਵੀ ਇਹੀ ਗੱਲ ਆਪਣੀ ਦਾ ਵੀ ਮਿਹਨਤੀ ਕਰਾ ਲਓ ਮੇਰੇ ਤਾਂ ਕਰਾਈ ਹੈ ਹਾਂ ਤੁਹਾਨੂੰ 50 ਦਿਨ ਬਾਅਦ ਮੈਂ ਪਟਣ ਲੱਗਿਆ ਹਾਂਜੀ ਹਾਂਜੀ ਮਿਹਨਤੀ ਹੋਈ ਤੋਂ ਹੁਣ ਅਸੈਸਮੈਂਟ ਕਹਿੰਦੇ ਅਸੈਸਮੈਂਟ ਕਰ ਲਓ ਸਫੈਦਿਆਂ ਦੀ ਮੈਂ ਕਿਹਾ ਕਿ ਬ੍ਰਹਮ ਕਿਨੇ ਆਊਗਾ ਪ੍ਰਗਟ ਕਰੂਗਾ ਵੀ ਦਰਖਤ ਕਿਹੜਾ ਸੀ ਕਿੱਥੇ ਗਿਆ ਕੰਪਿਊਟਰ ਨਾਲ ਕੌਣ ਮਿਹਨਤੀ ਇਹ ਦਰਖਤ ਜਿਹੜੇ ਕਹਿੰਦੇ ਨੇ ਲੈ ਗਏ ਉਹਦਾ ਮੁੱਲ ਪਾ ਲਓ ਵੀ ਕਿੰਨਾ ਇਹ ਵੀ ਗੱਲ ਚੋਰੀ ਪੱਟੇ ਦੱਸਣਾ ਵੀ ਪੱਟੇ ਆ ਉਹ ਪਏ ਆ ਕਿ ਕਿਤੇ ਵੇਚਤੇ ਉਹ ਵੇਚਤੇ ਵੇਚਤੇ ਤੁਸੀਂ ਕਿੰਨੇ ਕਦੇ ਵੇਗੇ ਜੀ ਸਾਰੇ ਵੇਗੇ 1.25 ਲੱਖ ਦੇ ਵੇਗੇ ਤੇ ਉਹ ਜੇ ਕੋਈ ਲੈਂਦਾ ਨਹੀਂ ਤਾਂ ਜਨਾ ਪੱਟਣ ਨਹੀਂ ਆਇਆ ਕੋਈ ਜਵਾਬ ਜਾਵਾ ਕੀਤੇ ਆ 1.25 ਲੱਖ ਦੇ ਵੇਚ ਇਹਨੇ ਉਹ ਪੁਲਿਸ ਲਿਆ ਉਹ ਪੁਲਿਸ ਵੇਖ ਕੇ ਮੁੰਡੇ ਮੈਂ ਵਾਟਰ ਖਾ ਦਿੰਦਾ ਸੀ ਹਾਂਜੀ ਹਾਂਜੀ ਬਾਕੀ ਮੇਰਾ ਸਾਰਿਆਂ ਨੂੰ ਕੱਢਿਆ ਵੀ ਲੈਟਰ ਮੈਂ ਕਿ ਤੁਸੀਂ ਕਾਨੂੰਨੀ ਕਾਰਵਾਈ ਜੋ ਹੁੰਦੀ ਉਹਨਾਂ ਨੇ ਸਹਿਮਤ ਹੋ ਉਹ ਕਰਕੇ ਕਾਨੂੰਨੀ ਕਾਰਵਾਈ ਨਹੀਂ ਪੱਟੇ ਆਪਾਂ ਮੇਰੇ ਕਾਨੂੰਨੀ ਕਾਰਵਾਈ ਨਾਲ ਪੱਟੇ ਆ ਤੁਹਾਨੂੰ ਆਰਡਰ ਸੀਗੇ ਪੱਟਣ ਦੇ ਤੇਰੇ ਕੋਲ
ਜਿਹੜੀ ਤੁਸੀਂ ਇਹ ਗੱਲ ਇਹ ਆਪਾਂ ਕਰਦੇ ਹਾਂ ਇਹ ਆਪਣੇ ਬਾਂਦਰ ਜਟਾਣਾ ਇਕਾਈ ਦੇ ਖਜ਼ਾਨਚੀ ਆ ਧਰਮ ਸਿੰਘ ਜੀ ਹਾਂਜੀ ਠੀਕ ਹੈ ਇਮਾਨਦਾਰ ਬੰਦੇ ਜਾਣੀ ਕਿ ਮੇਨ ਜਿਹੜੀ ਆਪਾਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰਦੇ ਹਾਂ ਮੇਨ ਵੀਰੇ ਇਹ ਆਪਾਂ ਨੂੰ ਪਤਾ ਅੱਗੇ ਹੁੰਦੀ ਸੀ ਮਿਣਤੀ ਪਹਿਲਾਂ ਕੋਈ ਜਰੀਬ ਦੀ ਜਾਂ ਫੀਤੇ ਦੀ ਉਹ ਚ ਉਹਨੇ ਜਰੀਬ ਦੀ ਕੜੀ ਵਿੰਗੀ ਆ ਉਹਨੇ ਢਿੱਲੀ ਛੱਡਤੀ ਹੈ ਨਾ ਉਹ ਹੁੰਦਾ ਸੀ ਵੀ ਮਿਣਤੀ ਚ ਫਰਕ ਪੈ ਗਿਆ ਤੇ ਛੱਡੋ ਪਰੇ ਕਿਉਂਕਿ ਹੁਣ ਜਿਹੜੀ ਕੰਪਿਊਟਰ ਦੀ ਮਿਣਤੀ ਆ ਇਹ 15,000 ਰੁਪਇਆ ਫੀਸ ਭਰੀ ਆ ਇਹਨਾਂ ਨੇ ਬਕਾਇਦਾ ਠੀਕ ਹੈ ਮਿਣਤੀ ਅਸੀਂ ਕਰਵਾਈਏ ਪਹਿਲਾਂ ਤਾਂ ਮਿਣਤੀ ਰੋਕਦੇ ਸੀ ਜਿਹਨਾਂ ਦੀ ਉਹ ਮਿਣਤੀ ਹੋਣ ਨਹੀਂ ਦਿੰਦੀ ਦੂਜੀ ਧਿਰ ਦੋ ਵਾਰੀ ਇਹ ਅਦਾਲਤ ਚੋਂ ਕੇਸ ਜਿੱਤ ਚੁੱਕੇ ਆ ਇਸ ਚੀਜ਼ ਦਾ ਜੀ ਠੀਕ ਹੈ ਐਨਕੇ ਆਪਣੀ ਜਥੇਬੰਦੀ ਨੇ ਉਹਦੀ ਮਿਣਤੀ ਕਰਵਾ ਕੇ ਜਿੱਥੇ ਮਿਣਤੀ ਕੰਪਿਊਟਰ ਦੀ ਆਈ ਸੀ ਉੱਥੇ ਆਪਣੀ ਜਥੇਬੰਦੀ ਨੇ ਕਿਹਾ ਸੀ ਅਸੀਂ ਕਿਹਾ ਮੈਂ ਮੰਨਦਾ ਗੱਲ ਆਪਾਂ ਕਿਹਾ ਸਾਡੀ ਕਮੇਟੀ ਨੇ ਕਿਹਾ ਆਪਣੇ ਅਹੁਦੇਦਾਰ ਨੇ ਫੈਸਲਾ ਕੀਤਾ ਵੀ ਤੁਹਾਡੀ ਜਿੱਥੇ ਕੰਪਿਊਟਰ ਦੀ ਸਹੀ ਮਿਣਤੀ ਆਈ ਹੈ ਤੁਸੀਂ ਜੀ ਉੱਥੇ ਵੱਟ ਪਾਓ ਤੁਸੀਂ ਕਿ ਸਰਕਾਰੀ ਬੰਦੇ ਦੀ ਗੱਲ ਮੰਨੀ ਕਿ ਧਰਮ ਸਿੰਘ ਜੀ ਦੀ ਗੱਲ ਮੰਨੀ ਦੇਖੋ ਜੀ ਜਿਹੜੀਆਂ ਕੋਈ ਕਹੋਗੇ ਸਰਕਾਰੀ ਸੀ ਤੁਹਾਡੇ ਕੋਲ ਜਾਂ ਮਰਜ਼ੀ ਨਾਲ ਹੀ ਤੁਸੀਂ ਕਹਿ ਤਾ ਵੀ ਚਲੋ ਕਰ ਲਓ ਹਾਂ ਉਹ ਤੁਸੀਂ ਤੁਹਾਡੀ ਉਹ ਗੱਲ ਦਾ ਮੈਂ ਜਵਾਬ ਦਿੰਦਾ ਜੇ ਆਪਾਂ ਇਹ ਗੱਲ ਕਹੀਏ ਕਾਨੂੰਨ ਦੀ ਹੁਣ ਮੈਂ ਬਾਲੀਆਂ ਪੁਰਾਣੀਆਂ ਗੱਲਾਂ ਚ ਨਾ ਜਾਵਾਂ ਕਾਨੂੰਨ ਦਾ ਨਾਂ ਦੀ ਤਾਂ ਚੀਜ਼ ਆਪਣੇ ਹੈ ਹੀ ਨਹੀਂ ਜੀ ਮਤਲਬ ਇਹ ਬਿਨਾਂ ਕਾਗਜ਼ਾਂ ਤੋਂ ਬਿਨਾਂ ਕਿ ਅਫਸਰ ਤੁਸੀਂ ਆਪਦੀ ਵੇਖ ਲਏ ਤੁਹਾਨੂੰ ਸਹੀ ਲੱਗੀ ਗੱਲ ਤੁਸੀਂ ਕਹਿੰਦਾ ਪੱਟ ਲਓ ਮਤਲਬ ਇਹ ਗੱਲ ਜਿਹੜੇ ਆਪਣੇ ਲੀਡਰ ਬੰਦੇ ਸੀ ਉਹ ਤਾਂ ਮਿਹਨਤੀ ਰੋਕਣ ਚ ਸੀ ਫਿਰ ਉੱਥੇ ਕਾਨੂੰਨ ਉਦੋਂ ਉਹਨਾਂ ਬਾਰੇ ਕਿੱਥੇ ਸੀ ਚਲ ਮੈਂ ਤਾਂ ਜਰਨਲ ਸਾਹਿਬ ਵੀਰੇ ਮੈਂ ਤਾਂ ਆਪਦਾ ਸਵਾਲ ਜਾ ਕੇ ਕਰਨੇ ਵੀਰੇ ਜਦੋਂ ਮਤਲਬ ਮਿਹਨਤੀ ਇੱਥੇ ਆ ਗਈ ਮਿਹਨਤੀ ਹੋ ਗਈ ਉਹਦਾ ਫਿਰ ਵੀ ਸਹਿਮਤ ਨਹੀਂ ਸੀ ਵੱਟ ਪਾਲ ਗਏ ਆਹ ਜਿਹੜਾ ਮੁੱਦਾ ਅੱਜ ਇੱਥੇ ਹੋਇਆ ਇਹ ਪੁੱਛ ਲਓ ਇੰਨੇ ਬੰਦੇ ਖੜੇ ਬਾਂਦਰ ਜਟਾਣੇ ਦੇ ਪ੍ਰਧਾਨ ਸਾਹਿਬ ਖੜੇ ਸਰਪ੍ਰਸਤ ਕਮੇਟੀ ਮੈਂਬਰ ਪੰਜਾਬ ਦੇ ਜਦੋਂ ਇਹ ਸਾਡੇ ਸਾਹਮਣੇ ਗੱਲ ਹੋਈ ਅਸੀਂ ਉਦੇ ਵੀ ਆਹ ਗੱਲ ਕਹੀ ਸੀ ਜੇ ਤੁਹਾਨੂੰ ਭਾਈ ਸ਼ੱਕ ਲੱਗਦਾ ਤੁਸੀਂ ਪਹਿਲਾਂ ਵੀ ਸਾਰਾ ਕੁਝ ਦੇਖੀ ਹੋਣੇ ਜੇ ਤੁਹਾਨੂੰ ਸ਼ੱਕ ਲੱਗਦਾ ਹਾਂਜੀ ਹਾਂਜੀ ਤੁਸੀਂ 15,000 ਰੁਪਇਆ ਫੀਸ ਦੁਬਾਰਾ ਭਰੋ ਉਹਦੇ ਤਾਂ ਇਹ ਵੀ ਕਰਾ ਦੇ ਵੀ ਅੰਕਲ ਜੀ ਤੁਸੀਂ ਅੱਧੇ ਫਿਰ ਭਰ ਦਿਓ ਤੇ ਮਿਹਨਤੀ ਦੁਬਾਰਾ ਕਰਾ ਲਓ ਜੇ ਸਾਡੇ ਵਿੱਚ ਆਉਂਦੇ ਆ ਹੁਣ ਤੁਸੀਂ ਸਾਨੂੰ ਗਲਤ ਦਾ ਤਾਂ ਕਹੋ ਨਾ ਸਾਡੇ ਵਿੱਚ ਆਉਂਦੇ ਆ ਅਸੀਂ ਫਿਰ ਵੀ ਵੱਟ ਜਿੱਥੇ ਆਉਂਦੀ ਉੱਥੇ ਪਾਉਣ ਨੂੰ ਤਿਆਰ ਛਪਾਈ ਦੇ ਵਿੱਚ ਆਉਂਦੇ ਉਹਦੇ ਪੈਸੇ ਦੁਬਾਰਾ ਤੁਹਾਨੂੰ ਵੋਟ ਦਿੱਤੇ ਆ ਇਟਸ ਓਕੇ ਗੱਲ ਹੀ ਖਤਮ ਹੋ ਗਈ ਗੱਲ ਹੀ ਖਤਮ ਹੋ ਗਈ ਬਹੁਤ ਮੈਂ ਇਹ ਬਾਬਾ ਜੀ ਸਿੱਧਾਂ ਦੀਆਂ ਰਜਿਸਟਰੀ ਕਰਾਈਆਂ ਦੀਆਂ ਇਹ ਤੁਸੀਂ ਰਜਿਸਟਰੀ ਕਰਾਈਆਂ ਇਹ ਅਦਾਲਤ ਨੇ ਭੇਜੀਆਂ ਸਾਰੇ ਅਦਾਲਤ ਨੇ ਆਪ ਭੇਜੀਆਂ ਅਦਾਲਤ ਨੇ ਭੇਜੀਆਂ ਹੋਈਆਂ ਅਦਾਲਤ ਦਾ ਕੋਈ ਹੁਕਮ ਕਾਗਜ਼ ਹੈਗਾ ਜੀ ਨਾਲ ਦਿਖਾ ਦਿਓ ਸਾਰਾ ਕੁਝ ਆ ਹਾਂਜੀ ਇਹ ਵੀ ਵਿਖਾ ਦਿਓ ਬਾਬਾ ਜੀ ਮੈਂ ਨਾਲ ਵਿਖਾ ਦਿਆਂ ਇਹ ਐਪਲੀਕੇਸ਼ਨ 2 ਦਾ ਉੱਤੇ ਕੋਡ ਦਾ ਲਿਖਿਆ ਕੁਝ ਚਲੋ ਠੀਕ ਹੈ ਬਹੁਤ ਧੰਨਵਾਦ ਜੋ ਥੋੜ੍ਹੀ ਚੀਜ਼ ਇਵੇਂ ਦਿਖਾਊਂਗਾ ਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ